ਇਹ ਕਿੰਨੇ ਢਾਈ ਡੋਟ ਰੂਤੇ ਆਣੇ ਇਹਦੇ ਨਾਟਕਾ ਸਨੇਹਾ ਕੋਈ ਨਹੀਂ ਨਾ ਹਾ ਉਹ ਰੈਂਚ ਚਾਹੀਦਾ ਜਿਹੜੇ ਨੇ ਨਾਟਕ ਸੋਣ ਤਾਂ ਕਿ ਇਹ ਆਖਣ ਕਿ ਨਹੀਂ ਮਾਤਾ ਤੁਸ ਰਾਸ਼ਟ ਮਾਤਾ ਦਰਜਾ ਤੁਹੇ ਮਿਲਿਆ ਕ੍ਰਿਪਾਤਰੀ ਜੀ ਦੇ ਉੱਪਰ ਨਹੀਂ ਮੇਦ ਦੇ ਖੜੀ ਦੇ ਇਹ ਹੀ ਵਜ ਲੈਣੇ ਆਖਿਆ ਬਈ ਸਾਨੂੰ ਆਪਣਾ ਦਰਜਾ ਵਾਪਸ ਦਿਓ ਤੇ ਜੰਮੂ ਵਾਲੇ ਵੀ ਆਖਣੇ ਅਸੈਂਬਲੀ ਜੀ ਹੈ ਕਿ ਮਾਰੇ ਸਾਨੂੰ ਗਊ ਮਾਤਾ ਦਰਜਾ ਦਿਓ ਮਾਤਾ ਦਾ ਇਹਨੇ ਕੌਣ ਬੰਦੇ ਦਾ ਜੇ ਸ਼ਰਨਗਰਾਂ ਨੇ ਕੈਬਨਟ ਚ ਬਈ ਇੱਕ ਸਟੋਕ ਨਾਖੀ ਦਿੱਤਾ ਕਿ ਮਾਰੇ ਸਾਡਾ ਦਰਜਾ ਵਾਪਸ ਦਿਓ ਸਟੇਟ ਦਾ ਇਹ 29 ਨੇ ਅਸੈਂਬਲੀ ਬੋਲਣ ਕਿ ਭਾਈ ਗਊ ਮਾਤਾ ਕੀ ਰਾਸ਼ਟਰ ਦਰਜਾ ਦਿੱਤਾ ਜਾ ਹੁੰਦਾ ਕਿ ਤੁਸੀਂ ਕਰੋ ਆਸਖਣੇ ਕਿ ਜਿਲਮ ਦੇ ਕੰਢੇ ਜਿੰਨੇ ਮੰਦਰ ਨੇ ਉਹਦੇ ਰਸਤੇ ਜਿਹੜੇ ਸਾਰੇ ਜਿਲਮ ਦੇ ਕੋਲ ਸ਼ਿਗਾਰੇ ਚ ਬਈਏ ਲੋਕ ਕਿਸਤੀ ਜਾਣਾ ਉਤੋਂ ਪੌੜੀਆਂ ਚੜੀ ਹੈ ਤੇ ਹੱਬਾ ਕਦਲ ਮੀਰਾ ਕਦਲ ਜਿੰਨੇ ਕਦਲ ਕਦਲ ਮੈਨੇ ਉੱਤੇ ਚੜਦੇ ਲੋਕ ਭੋਲੇ ਹੁੰਦੇ ਉਹਦੇ ਘੰਟੀਆਂ ਦੀ ਆਵਾਜ਼ ਗੁਦਾਣੀ ਜਾਂ ਸੰਖ ਬਜਨਾ ਤੇ ਉਹ ਲੱਗਦਾ ਕਿ ਤਾਂ ਰਮਟਰਸ ਦਾ ਮੰਦਿਰ ਹੈ ਕੋਈ ਇਤੋਂ ਕੋਈ ਸੰਖ ਧੂਨੇ ਦੀ ਆਵਾਜ਼ ਆਈਏ ਤੇ ਬਾਕੀ ਸਰਕਾਰ ਦੀ ਤਰਫਾ ਤੇ ਕੋਈ ਇੰਨੀ ਅੱਛੀ ਪਹਿਲ ਹੋਈ ਨਹੀਂ ਕੋਈ ਤਾਂ ਬੱਕਰੀਆਂ ਦੁੱਧ ਨਹੀਂ ਹੈ ਗਮਿਆਂ ਦੁੱਧ ਹੈ ਕਈ ਲੋਕ ਐਸੇ ਨੇ ਜਿਹੜੇ ਸਿੰਘੇਂਬਰ ਵੀ ਕੰਬਲ ਬੰਨਦੇ ਨੇ ਗਿੱਟੇਂਬਰ ਕੰਬਲ ਬੰਨਦੇ ਨੇ ਗਊ ਮਾਤਾ ਦੀ ਬੜੀ ਸੇਵਾ ਵੀ ਕਰਦੇ ਨੇ ਹੁਣ ਸਾਰੇ ਇੱਕ ਨਜ਼ਰ ਕਣ ਦਿਖੀ ਆ ਤੋ ਆਗਿਓ ਬਈ ਮਾਰੇ ਕਿਹੜੀ ਗੱਲ ਤੇ ਫਿਰ ਗੱਲ ਬਣਦੀ ਨਾ ਲੇਕਿਨ ਜਿਹੜੇ 29 ਵਿਧਾਇਕ ਚੋਣਨ ਜੰਮੂ ਪਰਾਵਚ ਇੱਕ ਜੀ ਮੰਨਿਏ ਚਲਿਓ ਲੋਕਾਂ ਬੜਾ ਯਕੀਨ ਕੀਤੇ ਦਾ ਜੀ ਜੀ ਨਿਰਵਾਚਿਤ ਸਰਕਾਰ ਜਿਹੜੀ ਹੈ ਬਣੀ ਚੁੱਕੀ ਦੀ ਹੈ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵੀ ਬੜੀ ਮਤੀ ਸੰਖਿਆ ਚ ਗੇਨ ਤਾਂ ਕਿਹਾ ਤੁਸੀਂ ਜੰਮੂ ਕਸ਼ਮੀਰ ਸਰਕਾਰ ਕੋਲ ਉਮੀਦ ਕਰ ਸਕਦੇ ਹੋ ਕਿ ਗਊ ਮਾਤਾ ਕੀ ਲਈ ਹੈ ਕੋਈ ਬਿੱਲ ਜਿਹੜਾ ਹੈ ਉਹ ਵਿਧਾਨ ਸਭਾ ਜਾਊਗਾ ਜੰਮੂ ਦੇ ਸਹਿਲ ਸਫਾ ਦੀ ਅਗਰ ਅਸ ਗੱਲ ਕਰਚ ਹੈ ਤੇ ਜ਼ਮੀਨਾਂ ਪਰ ਤੁਸੀਂ ਕੀ ਕਿਛ ਨਹੀਂ ਲੱਭੋ 18 ਬੜੀਆਂ ਖੂਬਸੂਰਤ ਨੇ ਕਸ਼ਮੀਰ ਕੋਲੋਂ ਉੱਪਰ 18 ਨੇ ਜੰਮੂ ਚ ਔਰ ਮਤੀਆਂ ਦੂਰ ਨਹੀਂ ਜੰਮੂ ਦਾ ਤੁਸੀਂ 2 ਘੰਟੇ ਜੁਣੇ ਥਾਰੇ ਉੱਪਰ ਪੁੱਜੀ ਸਕਦੇ ਹੋ ਪਰ ਉਹ ਆਕੇਛ ਨਹੀਂ ਇਤੋਂ ਤੱਕ ਕਰਕੇ ਬੌਣੇ ਕੀ ਥਾਰ ਮਣੀ ਹੈ ਹਾਂ ਅਗਰ ਧਾਰਮਿਕ ਸੈਲ ਸਫਾ ਜੰਮੂ ਚ ਨਹੀਂ ਹੁੰਦਾ ਮਾਂ ਵੈਸ਼ਨੋ ਦੇਵੀ ਦਾ ਦਰਬਾਰ ਨਹੀਂ ਹੁੰਦਾ ਤੇ ਸ਼ਾਇਦ ਤੁਸੀਂ ਗੀ ਬਾਰਲੀ ریاستਾਂ ਦਾ ਕੋਈ ਜੀਵ ਸਾਡੇ ਜੰਮੂ ਚ ਲੱਭਦਾ ਕਈ ਪਾਰਟੀਆਂ ਆਪਣੇ ਚੋਣ ਕੋਸ਼ਨਾ ਪੱਤਰ ਵਿੱਚ ਲਿਖਿਆ ਹੈ ਕਿ ਸੈਂਕੜਾ ਜਿਹੜੇ ਮੰਦਰ ਨੇ ਉਹਦੀ ਕਾਇਆ ਕਲਪ ਜਿਹੜੀ ਹੈ ਉਹ ਕੀਤੀ ਜਾਗ ਪਰ ਜ਼ਮੀਨਾ ਪਰ ਕਿਸੇ ਨਹੀਂ ਲੱਭਾ ਕਰਦਾ ਮੇਰੇ ਕੰਨਾ ਮੰਤਰ ਰਜੇਸ਼ ਵੀ ਟੂਰ ਬੈਠੇ ਨੇ ਬੜੇ ਪ੍ਰਖਰ ਰੂਪ ਕੰਨਾ ਇਹਨੇ ਮਸਲੇਂਗੀ ਚ ਉਹ ਦੇਣ ਗੱਲਬਾਤ ਕਰਨਿਆ ਇੱਕ ਤੇ ਮੰਤ ਜੀ ਮਤਾ ਮਤਾ ਤੁੰਦਾ ਸ਼ੁਕਰੀਆ ਅਸੀਂ ਵਕਤ ਦੇ ਬਹੁਤ ਬਹੁਤ ਧੰਨਵਾਦ ਸਰਿੰਦਰ ਸਾਗਰ ਜੀ ਅ ਗੱਲਬਾਤ ਪਹਿਲੇ ਵੀ ਇਕੜੇ ਚਰਚਾ ਹੋਈਆਂ ਜਿੱਲੇ ਕੋ ਸੈਲਸਵਾਦੀ ਗੱਲ ਕਰਦਾ ਤੇ ਇੱਕ ਦਿਲਾਂ ਚ ਗੱਲ ਆਂਦੀ ਹੈ ਕਿ ਮਹਿਕਮਾ ਟੂਰਿਜ਼ਮ ਜਿੱਲੇ ਗਨਾਂਦਾ ਕਿ ਇੰਨੇ ਸੈਲਾਨੀ ਜਿਹੜੇ ਨਾ ਉਹ ਜੰਮੂ ਚ ਆਏ ਨਾ ਕਦੇ ਛੜੇ ਉਹ ਗਿਣੇ ਜਾਣ ਤੇ ਉਹਦੇ ਚ ਚੌਥਾ ਕੋਲਾ ਹਿੱਸਾ ਪੰਜਮਾ ਸੱਜੜਾ ਆ ਉਹ ਸਾਡਾ ਮਾ ਵੈਸ਼ਨੂ ਦੇ ਵੀ ਆਣ ਵਾਲੇ ਲੋਕਾਂ ਦਾ ਜਾਂ ਸ਼ਿਵ ਖੁੜੀ ਜਾਣ ਵਾਲੇ ਲੋਕਾਂ ਦਾ ਬਾਬਾ ਅਮਰਨਾਥ ਬਰਫਾਨੀ ਦੇ ਦਰਸ਼ਨ ਕਰਨੇ ਵਾਸਤੇ ਲੋਕਾਂ ਦਾ ਹੁੰਦਾ ਲੇਕਿਨ ਗਨੁੰਦਾ ਇਹ ਹੈ ਕਿ ਇੰਨਾ ਟੂਰਿਸਟ ਜੰਮੂ ਚ ਆਈ ਆ ਬਿਲਕੁਲ ਛੜੇ ਬੋਰਡ ਲਾਣੇ ਕਰਨ ਜਾਂ ਬੜੀਆਂ ਕੁਤੇ ਗੋਸ਼ਟੀਆਂ ਕਰਾਣੇ ਕਰਨੇ ਗੁੱਡੀਆਂ ਡਵਾਣੇ ਕਰਨੇ ਅਗਰ ਸ਼ੈਲ ਸਵਾਬ ਵਧੀ ਜਾ ਤਾਂ ਫਿਰ ਤੇ ਗੱਲ ਬਣੀ ਜਾ ਲੇਕਿਨ ਮੰਦਰਾਂ ਦੀ ਜਾਂ ਜਿਹੜੀ ਧਾਰਮਿਕ ਪਲੇਸ ਨੇ ਉਹਦੀ ਅਣਦੇਖੀ ਉਹ ਆਦੀ ਜਿਹੜੀ ਚਿੰਤਾ ਤੁਸੀਂ ਵੀ ਹੁਣ ਪ੍ਰਗਟ ਕੀਤੀ ਹੈ ਲੇਕਿਨ ਸਰਕਾਰ ਦੀ ਮੰਨਛਾ ਮਨਿਫੈਸਟੋ ਵੀ ਕਾਇਆ ਇਸ ਵਾਰੀ ਕਿ ਮਾਰੇ 100 ਮੰਦਰਾਂ ਦਾ ਜਨੂਦਾਰ ਕਰਨਾ ਲੇਕਿਨ 100 ਮੰਦਰ ਦੀ ਤੁੱਪਾ ਦਾ ਹਾਕ ਲੇ ਮੈਂ ਲਿਸਟ ਬਣਾਦਾ ਉਹ ਚ ਜੰਮੂ ਦੇ ਮੰਦਰ ਕੋਈ ਲਖੋਇਦਾ ਨਹੀਂ ਹੈ ਅੱਛਾ ਦੁਖ ਹੁੰਦਾ ਕਿ ਤੁਸ ਕਰੋ ਸਾਖਣਿਆ ਕਿ ਜਿਲਮ ਦੇ ਕੰਢੇ ਜਿੰਨੇ ਮੰਦਰ ਨੇ ਉਹਦੇ ਰਸਤੇ ਜਿਹੜੇ ਸਾਰੇ ਜਿਲਮ ਦੇ ਕੋਲ ਸ਼ਿਗਾਰੇ ਜਿ ਬਈਏ ਲੋਕ ਕਿਸਤੀ ਜਾਣਾ ਉਤੋਂ ਪੌੜੀਆਂ ਚੜੀਏ ਤੇ ਹੱਬਾ ਕਦਲ ਮੀਰਾ ਕਦਲ ਜਿੰਨੇ ਕਦਲ ਕਦਲ ਮੈਨੇ ਉੱਥੇ ਚੜਦੇ ਲੋਕ ਭੋਲੇ ਹੁੰਦੇ ਲੇਕਿਨ ਹੋਇਆ ਕਿ ਉਤੋਂ ਤਾਂ ਕੇ ਸੀਮਤ ਰੱਖਿਆ ਉਹਦਾ ਘੰਟੀਆਂ ਦੀ ਆਵਾਜ਼ ਗੁਦਾਣੀ ਜਾਂ ਸੰਖ ਬਜਨਾ ਤੇ ਉਹ ਲੱਗਦਾ ਕਿ ਧਰਮ ਅਟਰਸ ਦਾ ਮੰਦਰ ਹੈ ਕੋਈ ਇਤੋਂ ਕੋਈ ਸੰਖ ਧੂਨੇ ਦੀ ਆਵਾਜ਼ ਆਈਏ ਤੇ ਬਾਕੀ ਸਰਕਾਰ ਦੀ ਤਰਫਾ ਤੇ ਕੋਈ ਇੰਨੀ ਅੱਛੀ ਪਹਿਲ ਹੋਈ ਨਹੀਂ ਹੈ ਫਿਰ ਹਿੰਦੁਸਤਾਨ ਦਾ ਵਿੱਚ ਇੱਕ ਮੈਸੇਜ ਨਿਕਲਣਾ ਕਿ ਇੰਨੇ ਮੰਦਰਾਂ 'ਚ ਕੈਂਡੀਆਂ ਵਜਗਣ ਪਹਿਲੇ ਗਿਣੀ ਲਓ ਮੰਦਰ ਹੈ ਕਿੰਨੇ ਤੁਹਾਡੇ ਕੋਲ ਮਤਲਬ ਮੰਦਰ ਮੰਦਰ ਕਰੀਏ ਤੋ ਉਸ ਇੱਕੜੀ ਗੱਲ ਕਰ ਗਿਓ ਉਹ ਗੱਲ ਜਛਦੀ ਨਹੀਂ ਹੈ ਲੇਕਿਨ ਹੁਣ ਥੋੜਾ ਜਿਹਾ ਮਨ ਖੁਸ਼ੇ ਹੋਇਆ ਕਿ ਜਿਹੜੀ ਸਰਕਾਰ ਦਿੱਲੀ ਬੈਠੀ ਉਹਦੀ ਸੋਚ ਜਿਹੜੀ ਹੈ ਉਹ ਇਸੇ ਪਿੱਛੇ ਆਣੇ ਦਾ ਕਾਰਨ ਵੀ ਥਾ ਕਿ ਸਨਾਤਨ ਗਣੇ ਜੁੜੀ ਦੀ ਸਰਕਾਰ ਹੀ 500 ਬਰੇ ਦਾ ਮੰਦਿਰ ਬਣਾਣਾ ਮੰਦਿਰ ਬਣਾਣਾ ਅਜਦਾ ਕੋਈ ਨਹੀਂ ਬਣਾਈ ਸਕਿਆ ਇਸ ਸਰਕਾਰ ਨੇ ਬਣਾਇਆ ਜਿੱਦਾਂ ਉਹਨੇ ਰਾਮ ਮੰਦਿਰ ਬਣਾਇਆ ਤੇ ਬਾਕੀ ਮੰਦਰਾਂ ਦੇ ਲੋਕੀ ਉਹ ਸ਼ਾਨੀ ਸ਼ੁਰੂ ਹੀ ਕਿ ਇੱਕ ਤਵਕਕਲ ਵੀ ਇਹ ਜਿਹੜਾ ਇਹ ਮਾਨੂੰ ਆਇਆ ਹੈ ਇਹ ਕੀ ਕਰੇਗਾ ਜਿਹਦਾ ਨਾਂ ਨਰਿੰਦਰ ਭਾਈ ਮੋਦੀ ਹੈ ਔਰ ਉਹ ਹੈ ਵੀ ਮੰਦਿਰ ਬਣਾਇਆ ਅੱਜ ਦੀ ਜਿਹੜੀ ਗੱਲਬਾਤ ਹੈ ਤੁਸੀਂ ਸ਼ੁਰੂ ਕੀਤੀ ਸਾੜਾ ਹਿੰਦੁਸਤਾਨ ਦੇ ਅੰਦਰ ਸਾਡੀ ਜਿਹੜੀ ਸਭਿਤਾ ਹੈ सनातन सभ्यता जैसी आ देना उसी आ देना गंगा गीता गौ माता भारत के हैं निर्माता ये एक जयकारा है जेड़ा लगदा आया पे गंगा गंगा दी सफाई होनी घाट बनने सरजू दी सफाई होनी घाट बनने नदियां नाले दी भी snoochi snoochi आज देवका ਦੇ ਅੰਦਰ ਪਰਮੰਡਲ ਦੇ ਅੰਦਰ ਮਹਿਕਮਾ ਟੂਰਿਜ਼ਮ ਦੀ ਜਿਹੜੀ ਕੇਂਦਰੀ ਮੰਤਰੀ OBI ਜਿਹੜਾ ਨਵਾਂ ਮੰਤਰੀ ਬਣਿਆ ਉਹ ਵੀ ਆਇਆ ਨਰਸਿੰਘ ਮੰਦਰ ਮੱਥਾ ਟੇਕਣ ਵੀ ਗਏ ਕਨੇ ਦੇਖਣ ਵੀ ਗਏ ਧਿਆਨ ਸਰਕਾਰ ਦਾ ਇਸ ਪਾਸੇ ਇਸ ਵਾਰੀ ਗਿਆ ਸਾਗਰ ਜੀ ਔਰ ਟੂਰਿਜ਼ਮ ਜਿਹੜਾ ਸੈਲ ਸਭਾ ਹੈ ਉਹ ਤੇ ਸ਼ਗਾਰੇ ਜੀ ਬਈ ਗੱਲਾਂ ਕਰਦੇ ਜੇ ਅਸ ਟੂਰਿਜ਼ਮ ਦੀ ਉਹਦੀ ਗੱਲ ਕਰਨਿਆਂ ਕਿ ਜਿਹੜਾ ਪਿੱਠੂ ਚੁੱਕੇ ਦਾ ਮੁਸਲਮਾਨ ਅੱਲਾ ਅੱਲਾ ਕਰਾ ਵੈਸ਼ ਹੁੰਦੇ ਵੀ ਜੰਦੇ ਹੋਈ ਤੇ ਉਹ ਜਿਹੜਾ ਜਿਹਦਾ ਸਮਾਨ ਚ ਕੋਈ ਦਾ ਉਹ ਜੈ ਮਾਤਾ ਦੀ ਕਰਦਾ ਯਾਦ ਹੋਇਆ ਇਹ ਪਾਈ ਚਾਰੇ ਵਾਲੀ ਜਗ੍ਹਾ ਹੀ ਸਾਡੀ ਨਜ਼ਰ ਲੱਗੀ ਦੀ ਏ ਨਜ਼ਰ ਲੱਗੀ ਦੀ ਏ ਉਸ ਨਜ਼ਰ ਲੱਗਣ ਦਾ ਕਾਰਨ ਇੱਕ ਰਿਆ ਇਹਨੇ ਰਾਜਨੀਤੀ ਗਏ ਇਆਂ ਬੰਡੀ 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 ਦੇ ਬਖਰੇ ਬਖਰੇ ਕਰੀ ਛੁੱਟੇ ਨਜ਼ਰੀ ਤੁਸੀਂ ਗੱਲ ਕਰਾ ਕਰਦੇ ਹੋ ਮੰਤਜੀ ਅਸਲ ਦਿਖਾ ਕਰਨੀ ਆ ਕਿ ਜੰਮੂ ਜਿਹੜਾ ਸੈਲਸਫਾ ਦੀ ਗੱਲ ਲੀਲੇ ਚ ਹੈ ਮੰਦਰਾਂ ਦੀ ਗੱਲ ਲੀਲੇ ਚ ਹੈ ਤੇ ਕਸ਼ਮੀਰ ਕੋਲਾ ਅਜੇ ਵੀ 100 ਸਾਲ ਪਿੱਛੇ ਹੈ ਕਿ ਕਾਰਨ ਹੋਇਆ ਫਰਕੋ ਫਰਕੀ ਹੋਈ ਹੈ ਜਾਂ ਅਸਲ ਲੋਕ ਜਿਹੜੇ ਜੰਮੂ ਕੀਤੇ ਦੇ ਉਹ ਆਪਣਾ ਹੱਕ ਲੈ ਨਹੀਂ ਸਕੇ ਫਰਕੋ ਫਰਕੀ ਰਿਸੈਪਸ਼ਨਿਸਟ ਰਹੇ ਜੰਮੂ ਦੇ ਜਿਹੜੇ ਲੋਕ ਨਾ ਉਹ ਛੜੇ ਆ ਜੇ ਕੋਈ ਵੀ ਦਿੱਲੀ ਦਾ ਬਣਿਆ ਆਇਆ ਜਾਂ ਸ਼ਿਨਗਰ ਬਣਿਆ ਆਇਆ ਢੋਲ ਕੋਹਾ ਕੋਈ ਬਜਾ ਦੇ ਨੱਚੀ ਹੋ ਜਾਦਾ ਫਰਕ ਦਿਹਾਣਾ ਗਣਾ ਕਿ ਜਿੱਲੇ ਮੇਰਾ ਵਿਰੋਧ ਨਹੀਂ ਹੋਇਆ ਬਈ ਸ਼ਿਨਗਰ ਇੱਕ ਸ਼ੋਅ ਆ ਆ ਜੰਮੂ ਬਚਾਓ ਜੰਮੂ ਬਚਾਓ ਪਾਰਟੀਆਂ ਪਾਰਟੀਆਂ ਕਰਦੇ ਰੇ ਲੇਕਿਨ ਜਿਹੜੇ ਜੰਮੂ ਬਚਾਣੇ ਨਹੀਂ ਵਾਲੇ ਜਿਹੜੇ ਲੋਕ ਹੈ ਜਿਹਨੇ ਨਹੀਂ ਬਚਾਇਆ ਜਿੱਲੇ ਉਹ 에어ਪੋਰਟ ਉਤਰੇ ਬਾਹਰ ਨੱਚਣੇ ਲ ਸਾਢੇ ਕਿ ਲੋਕ ਹੈ ਜੰਮੂ ਦੇ ਟੋਲ ਬਜਾ ਦੇ ਬਾਜੇ ਬਜਾ ਦੇ ਕੇ ਮਾਰੇ ਬਣੀਏ ਨੇ ਬਣੀਏ ਨੇ ਤੇ ਫਿਰ ਦੂਗੇ ਪਾਸੇ ਰੋਂਦੇ ਕਿ ਜੰਮੂ ਦਾ ਬਣਿਆਗਾ ਖਣੀ ਇੱਕ ਪਾਸਾ ਤਸ ਜੀਭਾਂ ਗੜੀਆਂ ਨਚਾ ਦਿਓ ਗੜਗੈਲਾ ਸੁਣਾ ਦਿਓ ਤੇ ਦੂਗੇ ਪਾਸੇ ਤਸ ਆਗਿਓ ਬਈ ਜੰਮੂ ਬਚਾਈ ਲੋ ਬਚਾਈ ਕੋਦੇ ਕੋ ਲਾਓ ਜਿੱਲੇ ਤੁਸੀਂ ਬਿੱਲੇਗੀ ਦੁੱਧਾ ਜੀ ਰਾਖੀ ਰੱਖਣਾ ਐ ਸਿੰਦਰ ਜੀ ਤੇ ਬਚਾਣਾ ਕੋਦੇ ਕੋ ਦੁੱਧ ਤੁਸੀਂ ਹਾਂ ਮਲਾਈ ਤੇ ਚਟਨੀ ਉਹਨੇ ਉਹਨੇ ਚਟਨੀ ਜੀ ਚੱਟੀ ਵੀ ਇੰਨੇ ਚੜੇ ਚਟੋ ਆਦੀ ਹੈ ਹਾਂ ਇਸ ਵਾਰੀ ਮੇਦ ਇਹ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਬੜਾ ਸੰਗਿਆਨ ਲੈ ਦੀਏ। ਡੇਰੀ ਕਿਛ ਕੋਈ ਪੈਸੇ ਚਾਹ। ਪੈਸੇ ਦਿੱਤੇ ਜਿਹੜੇ ਉਹਦੇ ਨਮਾਇंदे ਜਿਹੜਾ ਦੇਣ ਤੇ ਸਮਝੋ ਸਰਕਾਰ ਦੇ ਆ ਦੀਏ। ਮੈਂ ਸ਼੍ਰੀਮਾਨ ਜੁਗਲ ਕਸ਼ੋਰ ਹੰਦਰ ਨੇ ਬਾਤ ਕਰਨ ਕਿ بڑے ਮੰਦਰਾਂ 'ਚ ਉਹਨੇ ਸ਼ੈੱਡ ਬਣਾਏ, ਕੁਦਰ ਮੰਦਰਾਂ 'ਚ ਵੀ ਉਹਨੇ ਲਾਈਟਾਂ ਲੁਆਈਆਂ, ਕੁਦਰ ਨਲਕੇ ਲੁਆਏ। ਕੰਮ ਕੀਤਾ ਉਹਨੇ। ਮੈਂ ਡਾਕਟਰ ਜਤਿੰਦਰ ਸਿੰਘ ਹੰਦਾ ਬੜਾ ਸ਼ੁਕਰੀਆ ਅਦਾ ਕਰਾਂ ਕੇਂਦਰ 'ਚ ਪੀਐਮਓ ਮੰਤਰੀ ਨੇ ਸਾੜਿਆ ਹੁਣ ਮੈਂ ਪਿਛਲੇ ਦਿਨ ਕਠੂਏ 'ਚ ਸਾਡਾ ਪ੍ਰਵੇਸ਼ ਦੁਆਰ ਲਖਨਪੁਰ ਹੈ। ਉਸ ਕਿਲੇ ਅੰਦਰ ਜਿਹੜੇ ਲੋਕ ਰਾਤ ਪੌਂਦੀ ਸੋਨੇ ਜਗਾ ਨਹੀਂ ਹੈ ਉਹਨੇ ਕਿਹਾ ਬੜਾ ਖੂਬਸੂਰਤ ਜਾਇਤ ਹਾਲ ਬਣਾਓ ਮੇਰੇ ਜਿੰਨੇ ਪੈਸੇ ਲੱਗਣ ਮੈਂ ਲਾਗਾ ਉਹਨੇ ਪੈਸੇ ਦਿੱਤੇ ਗੱਲ ਡੀਸੀ ਸਾਹਿਬ ਕਠੂਆ ਐਨਐਚਏ ਕਨੇ ਮਿਲੀ ਹੈ ਨੈਸ਼ਨਲ ਹਾਈਵੇ ਅਥਾਰਟੀ ਕਨੇ ਮਿਲੀ ਹੈ ਉਹਨੇ ਸਾਨੂੰ ਜਿਹੜੇ ਮੰਦਰ ਛੜਕਿਆਂ ਚ ਆਦੇ ਇੱਕ ਪਲਾਨਿੰਗ ਹੋਈ ਉਹਨੇ ਮੰਦਰਾਂ ਨੂੰ ਨਵੇਂ ਮੰਦਰ ਬਣਾਈ ਦੇ ਆਦਨੇ ਕੇ ਕੰਮ ਕਰਾਣਾ ਔਰ ਇਹ ਕੰਮ ਹੁੰਦੇ ਨਾ ਲੇਕਿਨ ਗਿਲਾ ਕੁਸ਼ ਆਪਣੇ ਲੋਕਾਂ ਪਰ ਜਿਹਨੇ ਧਰਮ ਦੀ ਠੇਕੇਦਾਰੀ ਸ਼ੁਰੂ ਕੀਤੀ ਦੀ ਹੈ ਇਹ ਇੰਆ ਕਰ ਲਈ ਯਾਦ ਨੇ ਲੇਕਿਨ ਜ਼ਮੀਨਾਂ ਪਰ ਦਿਖਿਆ ਜਾਏ ਉਹ ਮੈਂ ਕੱਲ ਦਿਖਾਦਾ ਕਹੀ ਕਿ ਗਊ ਕਸ਼ੀ ਦੇ ਕਿੰਨੇ ਕੇਸ ਆਈਏ ਬੜੇ ਮਤਲਬ ਪੁਲਿਸ ਆਵਰ ਗੋਲੀਆਂ ਚਲਾਈ ਹੋੜੀਆਂ ਅੱਜ ਬਿਸ਼ਨਾਹ ਚ ਹੋਈ ਆ ਅੱਜ ਸਮਾਦੀ ਸਥਲ ਸਵਾਂਝ ਨੇ ਚੋਈ ਆ ਬਿਲਕੁਲ ਪਰਸੂ ਹੀ ਰਹਿਣਾ ਕਰੋ ਯਾ ਫਿਰ ਸਾਂਬਿਆ ਹੋਈ ਆ ਇੰਨੇ ਵਧੀਏ ਨੇ ਇਹ ਕਿੰਨੇ ਢਾਈ ਟੋਟਰੂ ਦੇ ਆ ਨੇ ਕਹਿੰਦੇ ਨਾਟਕਾ ਸਨੇਹ ਨਾਲ ਕੋਈ ਨਹੀਂ ਨੇ ਹਾ ਉਹ ਰੈਂਚ ਚਾਹੀਦਾ ਜਿਹੜੇ ਨੇ ਨਾਟਕ ਸੋਣ ਤਾਂ ਕਿ ਇਹ ਆਖਣ ਕਿ ਨਹੀਂ ਮਾਤਾ ਉਸੇ ਰਾਸ਼ਟ ਮਾਤਾ ਦਾ ਦਰਜਾ ਤੁਹਾਨੂੰ ਮਿਲਿਆ ਕਿਰਪਾਤਰੀ ਜੀ ਦੇ ਉੱਪਰ ਗੋਲੀਆਂ ਚਲਾਈਆਂ ਇੰਦਰਾ ਗਾਂਧੀ ਹੋਣੇ ਚਲਾਈਆਂ ਦਿੱਲੀ ਦੇ ਅੰਦਰ ਔਰ ਗਊ ਰੱਖਸ਼ਾ ਲਈਏ ਚਲਾਦੇ ਸੋ ਦਿਖਿਲੋ ਆਤ ਕਿੰਨਾ ਇੱਕ ਅਧੋਲਨ ਸ਼ੁਰੂ ਹੋਇਆ ਅੱਜ ਲੋਕ ਸੰਤ ਸਮਾਜ ਦੇ ਲੋਕ ਵੀ ਔਰ ਬਾਕੀ ਲੋਕ ਵੀ ਆਖਦੇ ਨੇ ਕਿ ਰਾਸ਼ਟ ਮਾਤਾ ਦਾ ਦਰਜਾ ਜਿਹੜਾ ਹੈ ਉਸੇ ਗਊ ਮਾਤਾ 'ਕ ਦਿੱਤਾ ਜਾ ਇੰਦੋਸਤਾਨ 'ਚ ਰਹੀਏ ਮੰਗੀਆਂ ਵੀ ਨਹੀਂ ਲੱਭਾ ਦਾ ਹੋਇਆ ਕਿਉਂ ਦੇਉ ਨਾ ਚਾਹੀਦਾ ਕੋਈ ਸਲਾਮਾਬਾਦ ਬੈਠੇ ਦੇਾਂਗੇ ਕੋਈ ਆਬੋਦਾਬੀ ਚ ਬੈਠੇ ਤੇ ਵੀ ਸਾਨੂੰ ਮੰਗਣੇ ਪੋ ਕੋਹਗਲਾ ਰਾਸ਼ਟ ਮਾਤਾ ਦਾ ਦਰਜਾ ਅਗਰ ਗਊ ਮਾਤਾ ਹੀ ਮਿਲਦਾ ਹੈ ਤੇ ਕੋਈ ਬੜੀ ਵੱਡੀ ਗੱਲ ਥੋੜੀ ਹੈ ਕੇਂਦਰ ਸਰਕਾਰ ਦਾ ਇੱਕ ਕਲਮ ਚਲਨੀ ਹੈ ਤੋਹੇ ਮਹਾਰਾਜ ਹਿੰਦੋਸਤਾਨ ਦਾ ਪਹਿਲੀ ਵਾਰੀ ਇਸ ਮੰਤਰਾਲੇ ਅੰਦਰ ਇੱਕ ਗਊ ਪ੍ਰਕੋਸ਼ਟ ਬਣਿਆ ਇੱਕ ਕਊ ਡਿਵੈਲਪਮੈਂਟ ਬੋਰਡ ਬਣਿਆ ਜਿਹਦਾ ਫਰੀਦাবাদ ਦੇ ਅੰਦਰ ਬਹੁਤ ਵੱਡਾ ਦਫ਼ਤਰ ਹੈ ਐਸਾ ਹੀ ਕੰਮ ਜਿਹੜਾ ਸਰਕਾਰ ਕਰਾਦੀ ਹੈ ਹੁਣ ਕੋਈ ਗੱਲ ਇਹ ਹੈ ਗੱਲ ਅਖ ਕਿ ਮਹਾਰਾਜ ਹੁਣ ਉਹ ਵਾਦਾ ਕਖਣੀ ਹੈ ਜਿਨੇ ਨੰਨਾ ਪੜਿਆ ਉਹ ਤੇ ਭਾਈ ਤੁਸੀਂ ਕੱਖਾ ਕੱਖਾ ਘੁਟਾਣਾ ਤੁਸੀਂ ਨੰਨਾ ਜੰਮੂ ਕਸ਼ਮੀਰ ਚ ਮੱਤੀ ਜੀ ਨਿਰਵਾਚਿਤ ਸਰਕਾਰ ਜਿਹੜੀ ਹੈ ਬਣੀ ਚੁੱਕੀ ਦੀ ਹੈ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵੀ ਬੜੀ ਮਤੀ ਸੰਖਿਆ ਚ ਗੇ ਤਾਂ ਕਿਆ ਤੁਸੀਂ ਇਸ ਜੰਮੂ ਕਸ਼ਮੀਰ ਸਰਕਾਰ ਕੋਲ ਉਮੀਦ ਕਰ ਸਕਦੇ ਹੋ ਕਿ ਗਊ ਮਾਤਾ ਕੀ ਲਈ ਹੈ ਕੋਈ ਬਿੱਲ ਜਿਹੜਾ ਹੈ ਉਹ ਵਿਧਾਨ ਸਭਾ ਜਾਊਗਾ ਤਾਂ ਕਿ ਜਿਸ ਵੇਲੇ ਐਸੇ ਵਾਰਦਾਤਾ ਹੁੰਦੀਆਂ ਨੇ ਤੇ ਦਉ ਸਮੁਦਾਇ ਦਾ ਬਿਸ਼ਕਾਰਿਕ ਛੰਡਾ ਪਾਉਣਾ ਜਿਹੜਾ ਉਹ ਸ਼ੁਰੂ ਹੋਈ ਜਾਂਦਾ ਗੱਲ ਹੈ ਮਾਰੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੁੰਦੀ ਜਾਂ ਨੈਸ਼ਨਲ ਕਾਨਫਰੰਸ ਹੁੰਦੀ ਰਾਜਨੀਤੀ ਵਿਸ਼ੇ ਮੇਰਾ ਨਹੀਂ ਹੈ ਲੇਕਿਨ ਮੇਰਾ ਇਹ ਤੇ ਕਰ ਸਕਦੇ ਹੋ ਨਾ ਨਹੀਂ ਮੇ ਤੇ ਦਖੜੀ ਦੇ ਹੀ ਵਜੇ ਲੈਣੇ ਆਖਿਆ ਬਈ ਸਾਨੂੰ ਆਪਣਾ ਦਰਜਾ ਵਾਪਸ ਦਿਓ ਤੇ ਜੰਮੂ ਵਾਲੇ ਵੀ ਆਖਣੇ ਅਸੈਂਬਲੀ ਜੀ ਆ ਕਿ ਮਾਰੇ ਸਾਨੂੰ ਗਊ ਮਾਤਾ ਦਾ ਦਰਜਾ ਦਿਓ ਮਾਤਾ ਦਾ ਇਹਨੇ ਕੋਣ ਬੰਦੇ ਦਾ ਜੇ ਸ਼ਿਰਨਗਰ ਵਾਲੇ ਕੈਬਨਟ ਚ ਬਈਏ ਇੱਕ ਸਟੋਕ ਨਾ ਆਖੀ ਦਿੱਤਾ ਕਿ ਮਾਰੇ ਸਾਡਾ ਦਰਜਾ ਵਾਪਸ ਦਿਓ ਸਟੇਟ ਦਾ ਇਹ 29 ਨੇ ਅਸੈਂਬਲੀ ਬੋਲਣ ਕਿ ਭਾਈ ਗਊ ਮਾਤਾ ਕੀ ਰਾਸ਼ਟਰ ਦਰਜਾ ਦਿੱਤਾ ਜਾ ਅਜ ਵੀ ਸ਼ਹਿਰ ਨਗਰੀ ਜਾਓ ਤੁਸੀਂ ਕੋ ਦਾ ਮੈਂ ਦਾ ਦੁੱਧ ਨਹੀਂ ਹੈ ਕੋ ਦਾ ਬੱਕਰੀਆਂ ਦੁੱਧ ਨਹੀਂ ਹੈ ਗਮਿਆਂ ਦੁੱਧ ਹੈ ਕਈ ਲੋਕ ਐਸੇ ਨੇ ਜਿਹੜੇ ਸਿੰਘੇਂਬਰ ਵੀ ਕੰਬਲ ਬੰਨਦੇ ਨੇ ਗਿੱਟੇਂਬਰ ਕੰਬਲ ਬੰਨਦੇ ਨੇ ਗਊ ਮਾਤਾ ਦੀ ਬੜੀ ਸੇਵਾ ਵੀ ਕਰਦੇ ਨੇ ਹੁਣ ਸਾਰੇ ਇੱਕ ਨਜ਼ਰ ਕਰਨ ਦਿਖੀਆ ਤੋ ਆ ਗਿਓ ਬਈ ਮਾਰੇ ਕਿਹੜੀ ਗੱਲ ਤੇ ਫਿਰ ਗੱਲ ਬੰਦੀ ਨਾ ਲੇਕਿਨ ਜਿਹੜੇ 29 ਵਿਧਾਇਕ ਚੋਣਨ ਜੰਮੂ ਪਰਾਵਚ ਇੱਕ ਚੀ ਮਨਈਏ ਚਲਿਓ ਲੋਕੇ ਬੜਾ ਯਕੀਨ ਕੀਤੇ ਦਾ ਜੇ ਜਿਹੜੇ 5 ਜੂਣੇ ਲੋਕੇ ਬੜਾ ਕੁਸ਼ ਆਖੇ ਹੋਣੇ ਐਸਾ ਨਹੀਂ ਕਰਿਓ 29 ਵਾਲੇ ਆਪਣੀ इजਤ ਬਚਾਇਓ ਵਿੱਚ ਨਵੇਂ ਨਵੇਂ ਵੀ ਗੇਦੇਓ ਆਪਨਾ ਬਚਾਈਏ ਰਖਿਓ ਅਸੈਂਬਲੀ ਅੰਦਰ ਬੋਲਿਓ ਕਿ ਜੰਮੂ ਦੇ ਲੋਕ ਆ ਸੇ ਜਾਗਰੂਕਾਂ ਕੱਲ ਕਈ ਸੰਸਕ੍ਰਿਤ ਵਰਗ ਸੁਗੰਧ ਲਈ ਸ਼ੈਲ ਲਗਾ ਕੰਮ ਸਿਕਾ ਮੈਂ ਅਸੈਂਬਲੀ ਦੇ ਅੰਦਰ ਸੰਸਕ੍ਰਿਤ ਗੂੰਜੀ ਮਾਰਾਇ ਡੋਗਰੀ ਪੱਗਾ ਤਿਲਕ ਲਾਇ ਜਿਹੜੇ 29 ਦੇ 29 ਬੈਠੇ ਦੇ ਬੜੇ ਸ਼ੈਲ ਲੱਗਾ ਜਿਹਾ ਲੱਗਾ ਕਿ ਪੂਰਾ ਜੰਮੂ ਜਿਹੜਾ ਹੈ ਉਹ ਕਿ ਗੁਲਦਸਤਾ ਬਣੀ ਬੈਠੇ ਦਾ ਤੇ ਚੇਂਜਿੰਗ ਤੇ ਹੈ ਨਾ ਲੇਕਿਨ ਛੜੀ ਨਾਰੇ ਜ ਨਹੀਂ ਰੋਏ ਧਰਾਂ ਤਰ ਬੂਮੀ ਦੇ ਉੱਪਰ ਵੀ ਕੁਛ ਨਾ ਕੁਛ ਕੀਤਾ ਜਾ ਤਾਂ ਕਿ ਇਹ ਪਤਾ ਲੱਗਿਆ ਸਰੇਂਦਰ ਜੀ ਕੇ ਬਾਕਿਆ ਉਹਨ ਕੋਈ ਬਦਲਾਵ ਆਇਆ ਆਸੇ ਚੰਨੇ ਜਿੰਨ ਤੁਸੀਂ ਦੇਵਕਾ ਦੀ ਮੰਤਜੀ ਗੱਲ ਕੀਤੀ ਹੈ ਅਗਰ ਅਸ ਸੂਰੇ ਪੁੱਤਰੀ ਤਵੀ ਦੀ ਗੱਲ ਕਰਚਾ ਤਾਂ ਬੜੀ ਖਸਤਾ ਲੱਤ ਗੰਦੇ ਨਾਲੇ ਜੰਮੂ ਸ਼ਹਿਰ ਦੇ ਜਿਹੜੇ ਸਾਰੇ ਇਸ ਤਵੀ ਚ ਪਵਾ ਕਰਦੇ ਨਾ ਔਰ ਬੜੀ ਪਵਿੱਤਰ ਇਹ ਜਲਤਾ ਰਹਾ ਹੈ 바ਵਾ ਪਿਹੜ ਕਹਿੰਦੇ ਕੰਡੇ ਉੱਪਰ ਹੈ ਬੜੇ ਧਾਰਮਿਕ ਸਥਾਨ ਐਸੀ ਪ੍ਰਸਥਿਤੀਆਂ ਬਣਾ ਕਰਦੀਆਂ ਪਰ ਧਿਆਨ ਕੋਈ ਨਹੀਂ ਗੱਲ ਇਹ ਜੀ ਕਿ ਤੁਸੀਂ ਜਿਹਾ ਦੇਵਕਾ ਜੀ ਗੱਲ ਕੀਤੀ ਅੱਜ ਦੇਵਕਾ ਦੇ ਬਸਤ ਹੈ ਡਾਕਟਰ ਜਤਿੰਦਰ ਸਿੰਘ ਸਾਹਿਬ ਨੇ ਉਦੋਂਪੁਰ ਚ 100 ਕੁਛ ਕਰੋੜ ਰੁਪਏ ਦਾ ਪ੍ਰੋਜੈਕਟ ਲਿਆਂਦਾ ਜਿਹੜੀ ਦੇਵਕਾ ਕੀ ਨਵੀਕਰਨ ਕਰਨੇ ਵਸ ਹੈ ਕੀਤਾ ਜਾ ਕੁਝ ਕਮੀਆਂ ਰਹੀਆਂ ਉਸੇ ਠੀਕ ਕੀਤਾ ਜਾਦਾ ਕੁਝ ਕਮੀਆਂ ਥੀ ਜਿਜ ਸੰਤ ਸਮਾਜ ਨੇ ਜੀ ਉਥੇ ਠੜਕਾਇਆ ਜਾ ਦਰਵਾਜ਼ਾ ਹੁੰਦਾ ਜਿੰਨੇ ਬਕਰੇ ਬੁਕਰੇ ਬਣਾਉਂਦੇ ਹੁੰਦਾ ਸਾਰਾ ਬਲੱਡ ਅੰਦਰ ਜਾਂਦਾ ਆਹੇ ਉਥੇ ਜੀ ਇਹ ਦੋਨੋਂ ਕੀਤਾ ਤਬੀਜ ਵੀ ਜਾਂਦਾ ਮੈਂ ਲਗਾ ਸੁਣਾਉਂ ਤੋਹੀਂ ਦੁਆ ਇਹ ਹੈ ਕਿ ਅੱਜ ਸਕੂਨ ਦੇ ਕੋਲ ਪੀਰੋਡੀਨਰ ਰੋਡ ਬਣਾਇਆ ਦਾ ਉਥੇ ਲਿਖਿਆ ਦੇਵਕ ਨਾਲਾ ਤੁਸੀਂ ਆਖਦੇ ਹੋ ਮਾਤਾ ਗੰਗਾ ਦੀ ਭੈਣ ਹੈ ਨਾਲਾ ਕਿ ਹੋਇਆ ਬਿਲਕੁਲ ਉਸਲੇ ਦੇਵਕਾਮ ਰਗਵ ਲੰਗਰ ਜੀ ਨੇ ਪਹਿਲ ਕੀਤੀ ਸੰਜੀਵ ਬਰਮਾ ਉਹਨੇ ਪਹਿਲ ਕੀਤੀ ਅੱਜ ਉਥੇ ਦੇਵਕਾ ਨਦੀ ਲਿਖੋਇਆ ਦਾ ਅਗਰ ਤੋਂ ਹੈ ਪੋਲ ਬਣਾਇਆ ਪਰ ਮੰਡਲ ਅੰਦਰ ਉਥੇ ਵੀ ਲਿਖਿਆ ਦੇਵਕਾ ਨਾਲਾ ਕਿਉਂ ਅਖੀਨੇ ਆਪਰੇਸ਼ਨ ਕਰਾਣੇ ਲਿਆ ਹੋਏ ਨੇ ਲੈਕਿਨ ਅੱਜ ਦੇਵਕਾ ਦੀ ਸਾਫ ਸਵਾਈ ਬਸ ਇੱਕ ਉਥੇ ਬਣੀ ਆ ਅਥਾਰਟੀ ਬਣੀ ਜਿਸ ਦੇ ਹਾਦਿ ਪ੍ਰਮੰਡਲ ਸ੍ਰੋਹੀ ਸਰ ਮਾਨਸਰ ਡਵੈਲਪਮੈਂਟ ਅਥਾਰਟੀ ਬਿਲਕੁਲ ਕੰਮ ਕਰਾਦੀ ਹੈ ਨਾ ਪੈਸਾ ਜੇ ਲਾਗਦੇ ਔਰ ਕੰਮ ਹੋਣਾ ਲੇਕਿਨ ਜਿਹੜੀ ਸੂਰਜ ਪੁੱਤਰੀ ਪੈਸਾ ਨਹੀਂ ਹੈ ਉਹ ਕਹੇ ਜਿਹੜਾ ਪੈਸਾ ਦਿੰਦੇ ਨਾ ਉਹਦੇ ਘਰ ਨੇ ਤੇ ਡੰਗਾ ਨਹੀਂ ਵੱਜਦਾ ਗੱਲ ਹੈ ਇਹ ਬਣਾਈ ਹੋੜੀ ਦੀ ਗੱਲ ਹੈ ਮਹਾਰਾਜ ਪਹਿਲਾਂ ਕੱਖ ਨਹੀਂ ਨਾ ਹੋਦਾ ਤੂੰ ਉਹ ਲਗਾ ਨਾ ਦੂਆ ਤੁਸੀਂ ਆਖਿਆ ਕਿ ਰਾਜਾ ਭੈੜ ਦੇਵਤਾ ਜਿੰਦਾ ਦੇਵਤਾ ਜਿਹੜਾ ਰਾਜਾ ਭੈੜ ਹੈ ਜਿਹੜਾ ਆਪੂ ਤੁੰਦੇ ਹੱਥੇ ਚ ਆਟਾ ਲੈਂਦਾ ਆਪੂ ਬਖਰੇ ਛੜਦੇ ਨੇ ਔਰ ਆਪੂਏ ਦਰਸ਼ਨ ਦਿੰਦੇ ਨੇ ਉਸ ਵੇਲੇ ਮਹਾਰਾਜ ਸਾਹਿਬ ਜਿਹੜੇ ਸਾਡੇ ਨਹਿਰੀ ਸਿੰਘ ਸਾਹਿਬ ਇੰਦੇ ਬਰਦਾਦੇ ਬਰਦਾਦੇ ਉਸਲੇ ਰਾਜੇ ਨੱਥ ਪਾਈ ਹੋਈ ਸੀ ਬੜੀ ਸੁਨਨੇ ਨੱਥ ਪਾਈ ਦਰਸ਼ਨ ਹੁੰਦੇ کہیں ਅੱਜ ਵੀ ਇਸ ਪਰਿਵਾਰ ਦੇ ਉਹ ਕੁਲ ਦੇਵਤਾ ਨੇ ਉਹਦੇ ਬਰਾਹੇ 8 ਕਿਲੋਮੀਟਰ ਕੋਈ ਬੰਦਾ ਮਸ਼ੀਨੀ ਫੜਾ ਟੋਟਲ ਬੈਨ ਲੱਗਿਆ ਰਹੀ ਗੱਲ ਤੁੰਦੀ ਲੋਕ ਆਦੇ ਰਵਾਰਾ ਜੰਮੂ ਐ ਪਾਰੈ ਬਾਵਾ ਵਿੱਚ ਕੁਦਰਤ ਦਾ ਬਾਸਾ ਮੜਿਆ ਆ ਜੰਮੂਆ ਜਾਗਾ ਨਹੀਂ ਨਿਰਾਸ਼ਾ ਇਹ ਬਾਵੇ ਲਈ ਮਾਤਾ ਕੋਈ ਨਰਾਜ ਥੋੜੀ ਜਾਣ ਦਿੰਦੀ ਹੈ ਲੇਕਿਨ ਇਹਦੇ ਰੱਖ ਰਖਾ ਵਾਸਤੇ ਤਬੀ ਬਚਾਓ ਅੰਦੋਲਨ ਸ਼ੁਰੂ ਹੋਈ ਆ ਬਚਾ ਦੇ ਕੁਸੀ ਉਹ ਗੰਦ ਤੁਸ ਪਾ ਦੇ ਜਿੰਨਾ ਖੜੀਕੀਆਂ ਤਲਾ ਦਾ ਬੱਕਰਾ ਬੜੂੰਦਾ ਸਾਰਾ ਗੰਦ ਉੱਥੇ ਜਾਦਾ ਜਿੰਨੇ ਤੁਹਾਡੇ ਸਾਰੇ ਨਾਲੇ ਸ਼ਹਿਰਾਂ ਦੇ ਨੇ ਤੁਸੀਂ ਐਂਟਰੀ ਉੱਥੇ ਪਾਈ ਦੀ ਤਬੀ ਚ ਤੇ ਕਰਦੇ ਹੋ ਆਰਤੀਆਂ ਦੇ ਡਮਰੂ ਬੁਝਾਉਂਦੇ ਹੋ ਪਹਿਲਾ ਇਹਦੇ ਉੱਪਰ ਨਕੇਲ ਕਸੋ ਮਿਊਨਿਸਪਲ ਕਾਰਪੋਰੇਸ਼ਨ ਜੰਮੂ ਜੜੀ ਐ ਸੀ ਸੀਰੀਅਸ ਲੈ ਇਹ ਜਿਹੜੀਆਂ ਪ੍ਰੋਜੈਕਟ ਆਏ ਨੇ ਸਮਾਰਟ ਸਿਟੀ ਦੇ ਸੜਕਿਆਂ ਉੱਪਰ ਪੇਟ ਕਰਨੇ ਕਨੇ ਗੱਲ ਨਹੀਂ ਬਣਨੀ ਕਿਦਾਂ ਉਹ ਸੜਕਿਆਂ ਉੱਪਰ ਮੂਰਤੀਆਂ ਛਾਪ ਕੇ ਤੇ ਆ ਕੇ ਬਈ ਸਮਾਰਟ ਸਿਟੀ ਹੋਈਦਾ ਤਬੀਦਾ ਰੱਖ ਸੁਰਕਸ਼ਨ ਦਾ ਸੁਰੱਖਿਆ ਦਾ ਰੱਖਣ ਦਾ ਸਾਰਾ ਜਿੰਮਾ ਤੋੜਾ ਹੈ ਇਹਦੇ ਨਾਲ ਪਾਸੇ ਵੀ ਧਿਆਨ ਦੇਣੇ ਪਉਣਾ ਹਰ ਚੀਜ਼ਾਂ ਲਈ ਬਖੀ ਧਿਆਨ ਦੇਣੇ ਪਉਣਾ ਜੀਆਂ ਮੰਤੋ ਨੇ ਦੱਸਿਆ ਹੈ ਕਿ ਬੜੀ ਜਗ੍ਹਾ ਜਿਹੜੀ ਫਰਕੋ ਫਰਕੀ ਹੈ ਉਹ ਸਰਕਾਰਾਂ ਕੀਤੀ ਹੈ ਔਰ ਅਗਰ ਅਸ ਹੁਣ ਵੀ ਪੂਰੇ ਜੰਮੂ ਉਪਰ ਨਜ਼ਰ ਦੌੜਾ ਚਾ ਤਾਂ ਅਜੇ ਵੀ ਕਸ਼ਮੀਰ ਕੋਲ ਲਗਭਗ 100 ਸਾਲ ਪਿੱਛੇ ਹੈ ਜੰਮੂ ਸੈਲਸਵਾਦੀ ਜਗ੍ਹਾ ਦੀ ਕੋਈ ਕਮੀ ਨਹੀਂ ਹੈ ਬੜੇ ਖੂਬਸੂਰਤ ਇਲਾਕੇ ਨੇ ਪਰ ਨਜ਼ਰ ਸਰਕਾਰਾਂ ਜਿੰਨੀਆਂ ਵੀ ਆਈਆਂ ਉਹਦੀ ਜੰਮੂ ਵਾਲੀ ਵਕੀ ਨਹੀਂ ਪਈ ਕਿਹ ਕਾਰਨ ਹੈ ਕੁਥੇ ਵਿਗੜ ਪਵਾ ਕਰਦਾ ਕੁਥੇ ਰਕਾਵਾਵਾ ਕਰਦੀ ਹੈ ਕੁਥੇ ਕੋਈ ਦੀ ਬਾਹ ਖਿੱਚਾ ਕਰਦਾ ਇਹ ਜਨਤਾ ਜਨਾਰਦਨ ਕਹ ਦੱਸ ਸਕਦੀ ਆ ਭਾਈ ਮੇਰੇ ਬੱਚ ਦਾ ਰੋਗ ਨਹੀਂ ਹੈ